ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਜਗਦੰਬੇ ਮਨੀ ਚੇਂਜਰ ਦੀ ਦੁਕਾਨ 'ਤੇ ਦਿਨ ਦਿਹਾੜੇ ਇੱਕ ਨੌਜਵਾਨ ਵੱਲੋਂ ਦੁਕਾਨ ਦਾ ਦਰਵਾਜ਼ਾ ਭੰਨ ਕੇ ਹਜ਼ਾਰਾਂ ਰੁਪਏ ਲੁੱਟ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਦੋ ਦੁਕਾਨਦਾਰਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ, ਪਰ ਉਹਨਾਂ ਨੇ ਹਾਥਾਪਾਈ ਕਰਕੇ ਲੁੱਟ ਕਰਨ ਵਾਲਾ ਨੌਜਵਾਨ ਫਰਾਰ ਹੋ ਗਿਆ, ਜਿਸ ਦੀ ਵਾਰਦਾਤ ਸਾਹਮਣੇ ਲੱਗੇ CCTV ਕੈਮਰੇ 'ਚ ਪੈਦਿਆਂ ਦੀ ਕੈਦ ਹੋ ਗਈ। ਫਿਲਹਾਲ ਮੌਕੇ 'ਤੇ ਪੁੱਜੀ ਪੁਲਿਸ ਵੱਲੋਂ ਘਟਨਾ ਸਥਲ 'ਤੇ ਪੁੱਜ ਕੇ CCTV ਫੁਟੇਜ ਕਬਜ਼ੇ 'ਚ ਲੈ ਲਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰਦੀ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਲੁੱਟ ਕਰਨ ਵਾਲੇ ਨੌਜਵਾਨ ਨੂੰ ਜਲਦੀ ਫੜ ਲਿਆ ਜਾਵੇਗਾ। ਮੈਂ ਦੁਪਹਿਰੇ ਰੋਟੀ ਖਾਣ ਗਿਆ ਸੀਗਾ ਜੀ, ਅਤੇ ਪਿੱਛੋਂ ਕੋਈ ਮੁੰਡਾ ਪੇਚਕਸ ਦਰਵਾਜ਼ੇ ਫਸਾ ਕੇ ਦਰਵਾਜ਼ਾ ਖੋਲ੍ਹਿਆ, ਅਤੇ ਜਿੰਨਾ ਪੈਸੇ ਪਏ ਸੀ 70-75 ਹਜ਼ਾਰ ਰੁਪਏ ਸਾਰਾ ਕੈਸ਼ ਲੈ ਗਿਆ, ਮੋਬਾਈਲ ਲੈ ਗਿਆ, ਅਤੇ ਭਾਈ ਸਾਹਿਬ ਦੇ ਪੇਚਕਸ ਮਾਰਿਆ ਉਹਨੇ ਗਰਦਨ 'ਤੇ। ਮੇਰੀ ਮਨੀ ਟ੍ਰਾਂਸਫਰ ਹੈਗਾ, ਆਪਣਾ ਬਿਜਲੀ ਦੇ ਬਿੱਲ ਬੁੱਲ ਭਰਦਾ ਮੈਂ, ਨਹੀਂ ਬੰਦਾ ਨਹੀਂ ਪਤਾ ਲੱਗਿਆ, ਮੂੰਹ 'ਤੇ ਰੁਮਾਲ ਬੰਨੇ, ਸਿਰ ਟੋਪੀ ਪਾਈ ਹੋਈ ਸੀ। CCTV ਦੀ ਰਿਕਾਰਡਿੰਗ ਚੈੱਕ ਕਰਾਉਂਦੇ ਪਏ ਹਾਂ, ਉਹਦੇ ਵਿੱਚ ਉਹੀ ਦਿਖਾਉਂਦੇ ਪਏ ਆ, ਐਕਟਿਵਾ 'ਤੇ ਸੀਗਾ ਵਾਈਟ ਜਿਹੇ ਕਲਰ 'ਤੇ। ਇੱਥੇ ਹੁਣ ਕੋਈ ਚੋਰੀ ਹੋਈ ਹੈ ਸਭ ਤੋਂ ਪਹਿਲਾਂ, ਉਹਦੇ ਸੰਬੰਧੀ ਅਸੀਂ ਕੈਮਰੇ ਚੈੱਕ ਕਰ ਰਹੇ ਹਾਂ, ਕੈਮਰੇ ਚੈੱਕ ਕਰਕੇ ਦੇਖਦੇ ਹਾਂ ਵੀ ਬੰਦਾ ਕਿੱਧਰ ਨੂੰ ਗਿਆ, ਜ਼ਿਆਦਾ ਇੱਧਰ ਸ਼ਮੀ ਚੌਂਕ ਸਾਈਡ ਗਿਆ, ਉਹਦੇ ਵਾਸਤੇ ਜਾਂਚ ਪੜਤਾਲ ਕਰ ਰਹੇ। ਬਾਕੀ ਅਫਸਰ ਇਹ ਮੋਬਾਈਲ ਨਾਲ, ਪਹਿਲਾਂ ਸਾਨੂੰ ਇਹ ਨਹੀਂ ਪਤਾ ਸੀਗਾ ਵੀ ਬੰਦੇ ਦੇ ਕੱਪੜੇ ਕਿੱਦਾਂ ਦੇ ਆ, ਪਰ ਹੁਣ ਸਾਨੂੰ ਪਤਾ ਲੱਗ ਗਿਆ, ਜਾ ਕੇ ਵਿਊ ਦੇਖ ਕੇ ਉਹ ਹਿਸਾਬ ਨਾਲ। ਜਾਗ੍ਰਿਤੀ ਲੈਣ ਲਈ ਲੁਧਿਆਣਾ ਤੋਂ ਸੁਰਿੰਦਰ ਅਰੋੜਾ, ਸੋਨੀ ਦੀ ਰਿਪੋਰਟ।